ਭਾਈ ਲਾੜਾ ਕਿੱਥੇ ਰਹਿ ਗਿਆ ਪਸੰਦ ਚਲੋ ਤੇ ਕੁਛ ਹੈ
ਚਾਹੀਦਾ ਐਤਵਾਰ ਨੂੰ ਜੋ ਕਹਿ ਰਿਹਾ ਜੀ ਸਮਝ ਆਉ ਗੱਲ ਕਰ ਲਾਂਗੇ ਕਰ ਲਾਂਗੇ ਮੌਸਮ ਦੇ ਵਿੱਚ ਕਰ ਹੋਏਗਾ ਸੋਹਣਾ ਹੋ ਜਾਏਗਾ ਜੀ। ਮੈਂ ਇਸ ਵਕਤ ਪੀ ਟੀ ਆਈ ਕਾ ਜਲਸਾ ਜਹਾਂ ਪੇ ਮੁਨੱਕਦ ਹੋਣਾ ਹੈ ਉਸ ਪੰਡਾਲ ਮੇਂ ਮੌਜੂਦ ਹੂੰ। ਯਹਾਂ ਪਰ ਇੰਤਜ਼ਾਮਾਤ ਕੇ ਹਵਾਲੇ ਸੇ ਬਾਤ ਕੀ ਜੋ ਇੰਤਜ਼ਾਮਾਤ ਅਭੀ ਕੀਏ ਜਾ ਰਹੇ ਹੈਂ ਔਰ ਕਾਰਕੁਨੋਂ ਕੀ ਜੋ ਆਮਦ ਕਾ ਸਿਲਸਿਲਾ ਹੈ ਵੋ ਵੀ ਜਾਰੀ ਹੈ। ਇਸ ਵਕਤ ਖਾਸ ਤੌਰ ਪਰ ਜੋ ਦੂਰ ਦਰਾਜ ਇਲਾਕੇ ਹੈ ਦੂਸਰੇ ਸ਼ਹਿਰੋਂ ਸੇ ਆਨੇ ਵਾਲੇ ਜੋ ਪੀ ਟੀ ਆਈ ਕੇ ਕਾਰਕੁਨ ਹੈ ਉਨਕੀ ਤਾਦਾਦ ਜ਼ਿਆਦਾ ਹੈ। ਵੋ ਆਸ ਆਸ ਮੁਹੱਲਾਵਾਰ ਪੀ ਟੀ ਆਈ ਕੇ ਕਾਰਕੁਨ ਪੰਡਾਲ ਮੇਂ ਆ ਰਹੇ ਹੈਂ ਜਿਨ ਮੇਂ ਬਜ਼ੁਰਗ ਔਰ ਨੌਜਵਾਨ ਜੋ ਕਾਰਕੁਨ ਹੈ ਉਨਕੀ ਤਾਦਾਦ ਜ਼ਿਆਦਾ ਹੈ। ਅਗਰ ਖਵਾਤੀਨ ਕੀ ਵੀ ਦੇਖਿਆ ਜਾਏ ਤੋ ਵੋ ਵੀ ਤਾਦਾਦ ਥੋੜ੍ਹੀ ਸੀ ਕਮ ਹੈ ਲੇਕਿਨ ਵੋ ਖਵਾਤੀਨ ਕੀ ਤਾਦਾਦ ਵੀ ਆਉਣਾ ਸ਼ੁਰੂ ਹੋ ਗਈ ਹੈ। ਪੰਡਾਲ ਕੋ ਇਸ ਵਕਤ ਸਜਾਇਆ ਜਾ ਰਿਹਾ ਹੈ, ਕੁਰਸੀਆਂ ਲਗਾਈ ਜਾ ਰਹੀ ਹੈ। ਅਗਰ ਸਟੇਜ ਕੰਟੇਨਰ ਕੀ ਬਾਤ ਕੀ ਜਾਏ ਤੋ ਉਸੇ ਲਾਣੇ ਮੇਂ ਥੋੜ੍ਹੀ ਸੀ ਦੁਸ਼ਵਾਰੀ ਥੀ ਕਿਉਂਕਿ ਰਿੰਗ ਰੋਡ ਕਾ ਜੋ ਬ੍ਰਿਜ ਥਾ ਉਸਕੀ ਹਾਈਟ ਕਮ ਥੀ ਔਰ ਕੰਟੇਨਰ ਕੀ ਜ਼ਿਆਦਾ ਥੀ। ਅਬ ਉਸਕੋ ਕ੍ਰੇਨ ਕੀ ਮਦਦ ਸੇ ਉਸੇ ਵੀ ਪੰਡਾਲ ਮੇਂ ਪਹੁੰਚਾ ਦਿਆ ਗਿਆ ਹੈ, ਉਸ ਸਟੇਜ ਕੋ ਸਜਾ ਦਿਆ ਗਿਆ ਹੈ ਔਰ ਇਸੀ ਤਰ੍ਹਾਂ ਹੀ ਮੁਹੱਲਾਵਾਰ ਕੁਰਸੀਆਂ ਲਗਾਈ ਜਾ ਰਹੀ ਹੈ। ਅਗਰ ਕਿਉਂਕਿ ਇਸ ਵਕਤ ਮੁਕਾਮੀ ਕਾਰਕੁਨੋਂ ਕੋ ਦੇਖਿਆ ਜਾਏ ਤੋ ਮੌਸਮ ਇਸ ਵਕਤ ਥੋੜ੍ਹਾ ਸਾ ਗਰਮ ਹੈ ਜਿਸਕੀ ਵਜ੍ਹਾ ਸੇ ਕਾਰਕੁਨੋਂ ਕੀ ਤਾਦਾਦ ਵੀ ਆਨੇ ਮੇਂ ਕਾਮ ਹੈ। ਲੇਕਿਨ ਇਹ ਵਕਤ ਕੇ ਸਾਥ ਸਾਥ ਕਾਰਕੁਨੋਂ ਕੀ ਤਾਦਾਦ ਕੀ ਆਮਦ ਕਾ ਸਿਲਸਿਲਾ ਜਾਰੀ ਹੈ। ਕੁਰਸੀਆਂ ਲਗਾਈ ਜਾ ਰਹੀ ਹੈ ਕਾਰਕੁਨੋਂ ਕੇ ਲੀਏ, ਪਾਣੀ ਕੇ ਸਟਾਲ ਲਗਾਏ ਗਏ ਹੈ, ਖਾਣੇ ਪੀਣੇ ਕੇ ਸਟਾਲ ਲਗਾਏ ਗਏ ਹੈ ਔਰ ਕਾਰਕੁਨੋਂ ਕੇ ਯਹੀ ਜੋ ਆਨੇ ਕਾ ਸਿਲਸਿਲਾ ਹੈ ਇਹ ਵਕਤ ਕੇ ਸਾਥ ਸਾਥ ਬੜਤਾ ਰਹੇਗਾ। ਇਸ ਵਕਤ ਜੋਨ ਸੇ ਹੈ ਜ਼ਿਆਦਾਤਰ ਪੀ ਟੀ ਆਈ ਕੀ ਇੰਤਜ਼ਾਮੀਆ ਉਸਕਾ ਫੋਕਸ ਤਿਆਰੀਓਂ ਪਰ ਹੈ। ਇਸ ਵਕਤ ਪੰਡਾਲ ਕੋ ਸਜਾਇਆ ਜਾ ਰਿਹਾ ਹੈ, ਪੰਡਾਲ ਮੇਂ ਕੁਰਸੀਆਂ ਲਗਾਈ ਜਾ ਰਹੀ ਹੈ। ਦੀਗਰ ਜੋ ਕਾਰਕੁਨ ਹੈ ਉਨਕੇ ਆਨੇ ਕੇ ਹਵਾਲੇ ਸੇ ਇੰਤਜ਼ਾਮਾਤ ਕੀਏ ਗਏ ਹੈ। ਸਿਕਿਉਰਿਟੀ ਕੇ ਹਵਾਲੇ ਸੇ ਦੇਖਿਆ ਜਾਏ ਸਿਕਿਉਰਿਟੀ ਕੇ ਸਖਤ ਇੰਤਜ਼ਾਮ ਹੈ। ਜਲਸੇਗਾਹ ਕੇ ਸਾਥ ਹੀ ਰਿੰਗ ਰੋਡ ਗੁਜ਼ਰਤਾ ਹੈ, ਵਹਾਂ ਪਰ ਰਿੰਗ ਰੋਡ ਪਰ ਪੁਲਿਸ ਕੀ ਕਾਫੀ ਬਾੜੀ ਨਫਰੀ ਤਾਇਨਾਤ ਕਰ ਦੀ ਗਈ ਹੈ। ਜਲਸਾਗਾਹ ਸੇ ਆਨੇ ਸੇ ਪਹਿਲੇ ਵੀ ਪੁਲਿਸ ਕੀ ਨਫਰੀ ਤਾਇਨਾਤ ਕਰ ਦੀ ਗਈ ਹੈ ਤਾਂ ਕਿ ਆਨੇ ਵਾਲੇ ਜਿਤਨੇ ਵੀ ਕਾਰਕੁਨ ਗਏ ਉਨਕੀ ਮੁਕੰਮਲ ਚੈਕਿੰਗ ਕਰਨੇ ਕੇ ਬਾਅਦ ਹੀ ਉਨ੍ਹੇ ਜਲਸਾਗਾਹ ਮੇਂ ਆਨੇ ਦਿਆ ਜਾਏ ਔਰ ਤਾਂ ਕਿ ਕਿਸੇ ਵੀ ਕਿਸਮ ਕੀ ਕੋਈ ਨਾਗਹਾਨੀ ਵਾਕਿਆ ਨਾ ਹੋ ਸਕੇ। ਇਸ ਵਕਤ ਕਾਰਕੁਨ ਆਸਾ ਆਸਾ ਆ ਰਹੇ ਹੈ ਔਰ ਆਸਾ ਆਸਾ ਹੀ ਪੰਡਾਲ ਬੜੇਗਾ। ਲੇਕਿਨ ਜੋ ਪੰਡਾਲ ਕੀ ਇਸ ਵਕਤ ਮੌਜੂਦਾ ਸੂਰਤ ਆ ਰਿਹਾ ਹੈ ਵੋ ਯਹੀ ਹੈ ਕਿ ਪੰਡਾਲ ਕੋ ਕਾਰਕੁਨੋਂ ਕੇ ਲੀਏ ਤਿਆਰ ਕੀਆ ਜਾ ਰਿਹਾ ਹੈ ਤਾਂ ਕਿ ਕਾਰਕੁਨ ਜਬ ਆਏ ਤੋ ਉਨ੍ਹੇ ਪੰਡਾਲ ਮੁਕੰਮਲ ਤੌਰ ਪਰ ਤਿਆਰ ਮਿਲੇ। ਜ਼ਰਾਏ ਕਾ ਕਹਿਣਾ ਹੈ ਕਿ ਜੋ ਨਮਾਜ਼ ਜ਼ੋਹਰ ਕੇ ਬਾਅਦ ਜੋ ਅਹੁਦੇਦਾਰ ਹੈ ਉਨਕਾ ਆਨੇ ਕਾ ਸਿਲਸਿਲਾ ਸ਼ੁਰੂ ਹੋਗਾ ਔਰ 3 ਵਜੇ ਤਕਰੀਰ ਸ਼ੁਰੂ ਹੋਗੀ ਜੀ। ਹਲਕਾ ਜਿਹਾ ਪੁਸ਼ ਕਰਨ 1.5 ਇੰਚ ਫਰੇਮ ਤੱਕ ਆ ਲੈਣਾ ਸਿੱਧਾ ਸਾਡੇ ਕੋਲ ਕੋਈ ਦਰ ਆ ਪਿੱਛੋਂ ਦੇ ਜੋ ਉੱਚਾ ਕਰਨ।